ਹਾਂਜੀ ਦੋਸਤੋ, ਕੀ ਹਾਲ ਚਾਲ ਸਾਰਿਆਂ ਦੇ? ਹੋਪ ਸੋ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਚੰਡੀਗੜ੍ਹ ਤੋਂ ਹਾਂ ਭਾਅ ਜੀ। ਤੁਸੀਂ ਚੰਡੀਗੜ੍ਹ ਦੇ ਵਿੱਚ, ਮੈਂ ਤੁਹਾਨੂੰ ਪਾਰਕ ਦਿਖਾ ਰਿਹਾ ਅਤੇ ਤੁਸੀਂ ਦੇਖ ਸਕਦੇ ਹੋ ਸਾਡੇ ਚੰਡੀਗੜ੍ਹ ਦੀ ਪਾਰਕ ਇਹ, ਅਤੇ ਬਹੁਤ ਵਧੀਆ ਪਾਰਕ ਇਹ। ਘੁੰਮਣ ਵਾਸਤੇ ਤੁਸੀਂ ਚੰਡੀਗੜ੍ਹ ਦੇ ਵਿੱਚ ਆ ਸਕਦੇ ਹੋ। ਸੀਟਿੰਗ ਵਾਸਤੇ ਤੁਸੀਂ ਇੱਥੇ ਬਹਿਣ ਲਈ ਤੁਸੀਂ ਇੱਥੇ ਬਹਿ ਵੀ ਸਕਦੇ ਹੋ, ਰੈਸਟਿੰਗ ਕਰ ਸਕਦੇ ਹੋ। ਆਹ ਦੇਖ ਲਓ ਉੱਪਰ ਤੁਸੀਂ ਕਿੰਨੇ ਕਿੰਨੇ ਸੋਹਣੇ ਦਰਖਤ ਲੱਗੇ ਹੋਏ ਆ, ਹੈ ਨਾ? ਆਹ ਦੇਖ ਲਓ ਰੈਸਟਿੰਗ ਵਾਸਤੇ। ਐਂਡ ਸਾਡੇ ਪਾਰਕ ਦੇ ਵਿੱਚ ਝੂਲੇ ਲੱਗੇ ਹੋਏ ਨੇ, ਠੀਕ ਹੈ? ਦੇਖ ਲਓ ਤੁਸੀਂ, ਇਹ ਸਾਰੇ ਝੂਲੇ ਵਗੈਰਾ ਲੱਗੇ ਹੋਏ ਨੇ। ਹੋਰ ਖਾਣ ਪੀਣ ਨੂੰ ਵੀ ਅਮਰੂਦ ਵਗੈਰਾ ਹੋ ਗਏ ਜਾਂ ਜਾਮੁਨ ਵਗੈਰਾ ਹੋ ਗਈਆਂ, ਸਾਰਾ ਕੁਛ ਲੱਗਿਆ ਹੋਇਆ ਤੁਸੀਂ ਇੱਥੇ ਦੇਖ ਸਕਦੇ ਹੋ। ਦੇਖ ਲਓ, ਬਿਲਕੁਲ ਸ਼ਾਂਤੀ ਹੈ। ਤੁਸੀਂ ਅਗਰ ਤੁਸੀਂ ਇੱਥੇ ਆ ਕੇ ਵਧੀਆ ਟਾਈਮ ਪਾਸ ਤੁਸੀਂ ਕਰ ਸਕਦੇ ਹੋ, ਅਗਰ ਤੁਸੀਂ ਟਾਈਮ ਪਾਸ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਪਲਸ ਆਉਣਾ ਚਾਹੁੰਦੇ ਹੋ ਤਾਂ ਅੱਛੇ ਤਰੀਕੇ ਨਾਲ ਤੁਸੀਂ ਆ ਸਕਦੇ ਹੋ। ਦੇਖ ਲਓ ਤੁਸੀਂ ਪਾਰਕ ਦਾ ਹਾਲ, ਕਿੰਨੀ ਸੋਹਣੀ ਤੁਹਾਡੀ ਪਾਰਕ ਹੈਗੀ। ਇੱਥੇ ਬਿਲਕੁਲ ਸ਼ਾਂਤੀ, ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ, ਟੈਨਸ਼ਨ ਨਹੀਂ ਹੁੰਦੀ ਇੱਥੇ ਕਿਸੇ ਵੀ ਪ੍ਰਕਾਰ ਦੀ, ਤਾਂ ਤੁਸੀਂ ਇੱਥੇ ਆ ਸਕਦੇ ਹੋ, ਠੀਕ ਹੈ? ਦੇਖ ਲਓ, ਇਹ ਤੁਹਾਨੂੰ ਮੈਂ ਐਂਟਰੀ ਗੇਟ ਦਿਖਾਉਂਦਾ ਹਾਂ। ਇੱਥੇ ਪਾਰਕ ਹੈਗੀ, ਦੇਖ ਲਓ, ਬਿਲਕੁਲ ਸ਼ਾਂਤੀ ਹੈ। ਮੈਂ ਲੋਕੇਸ਼ਨ ਪਾ ਦੂੰਗਾ, ਠੀਕ ਹੈ ਜੀ? ਮੈਂ ਤੁਹਾਨੂੰ ਇੱਕ ਹੋਰ ਚੀਜ਼ ਤੁਹਾਨੂੰ ਖਾਸੀਅਤ ਦੱਸਦਾ ਆਪਣੇ ਚੰਡੀਗੜ੍ਹ ਦੀ। ਬਿਲਕੁਲ ਖਾਸੀਅਤ ਤੁਹਾਡੇ ਲਈ ਬਹੁਤ ਵਧੀਆ ਗੱਲ ਹੋਏਗੀ, ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਹੋਲਡ ਰੱਖਿਓ। ਆਹ ਦੇਖੋ, ਇਹ ਸਾਈਕਲ ਖੜੀਆਂ ਹੋਈਆਂ ਨੇ ਸਾਈਕਲ, ਠੀਕ ਹੈ? ਐਂਡ ਇਹ ਸਾਈਕਲ ਤੁਸੀਂ ਜਦੋਂ ਤੁਸੀਂ ਆਉਣਾ ਹੈ ਤੁਸੀਂ, ਹੈ ਨਾ, ਤੁਸੀਂ ਇੱਥੇ ਸਮਾਰਟ ਬਾਈਕ ਦੀ ਤੁਸੀਂ ਐਪ ਡਾਊਨਲੋਡ ਕਰਨੀ ਹੈ, ਠੀਕ ਹੈ? ਅਤੇ ਇੱਥੇ ਲਿਖਿਆ ਹੋਇਆ ਅੱਧੇ ਘੰਟੇ ਲਈ ਤੁਸੀਂ ਇਹ ਸਮਾਰਟ ਬਾਈਕ ਚਲਾ ਸਕਦੇ ਹੋ, ਠੀਕ ਹੈ? ਇਹ ਸਕੈਨਰ ਹੈਗਾ, ਸਕੈਨ ਕਰਕੇ, ਠੀਕ ਹੈ, ਬਾਕੀ ਰੇਟ ਲਿਖੇ ਹੋਏ ਨੇ। 30 ਮਿੰਟ ਵਾਸਤੇ ਤੁਸੀਂ ਅਗਰ ਚਲਾਉਣਾ ਚਾਹੁੰਦੇ ਹੋ ਜਾਂ ਘੰਟੇ ਵਾਸਤੇ ਚਲਾਉਣਾ ਚਾਹੁੰਦੇ ਹੋ, ਤੁਸੀਂ ਇਹਨੂੰ ਸਕੈਨ ਕਰਕੇ ਪੈਸੇ ਪੇ ਕਰਕੇ, ਠੀਕ ਹੈ, ਅਤੇ ਤੁਸੀਂ ਚਲਾ ਸਕਦੇ ਹੋ ਇਹਨੂੰ। ਮਤਲਬ ਕਿ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ, ਸਮਾਰਟ ਸਾਈਕਲ ਨੇ ਇਹ, ਸਮਾਰਟ ਬਾਈਕਸ ਨੇ। ਬਾਕੀ ਇੱਥੇ ਆਹ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਹੈ, ਇੱਥੇ ਰੋਟੀ ਰਾਟੀ ਪਾ ਕੇ ਜਾਂਦੇ ਆ, ਮਤਲਬ ਕਿ ਪੂਰੀ ਸੇਵਾ ਜਾਨਵਰਾਂ ਦੀ ਕੀਤੀ ਜਾਂਦੀ ਹੈ। ਆਹ ਸਾਈਕਲ 'ਤੇ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਦੇਖਣਾ ਜ਼ਰੂਰ ਹੈ, ਇਹਨੂੰ ਸਾਈਕਲ ਚਲਾ ਕੇ ਦੇਖਿਓ, ਬਹੁਤ ਵਧੀਆ ਸਾਈਕਲ ਨੇ ਇਹ, ਠੀਕ ਹੈ? ਆਹ ਦੇਖ ਲਓ, ਇਹ ਅਨਲੋਕ ਕਰਨੀ ਪੈਂਦੀ ਹੈ, ਸਕੈਨਰ ਹੈਗਾ, ਨੰਬਰ ਹੈਗਾ ਇਹਦਾ, ਅਤੇ ਇਹ ਚੱਲ ਜਾਂਦੀ, ਤੁਸੀਂ ਆ ਕੇ ਦੇਖ ਸਕਦੇ। ਬਾਕੀ ਇੱਥੇ ਪਰ ਇੱਕ ਉਹ ਪਾਰਕ ਹੈ ਸਾਹਮਣੇ, ਅਤੇ ਇੱਕ ਉਹ ਪਾਰਕ ਹੈ ਸਾਹਮਣੇ, ਠੀਕ ਹੈ? ਅਤੇ ਚਾਰੋਂ ਪਾਸੇ ਪਾਰਕ ਹੀ ਪਾਰਕ ਸਾਡੇ ਇੱਥੇ ਹੈਗੀਆਂ, ਤੁਸੀਂ ਕਦੀ ਵੀ ਆਇਓ, ਠੀਕ ਹੈ? ਤੁਸੀਂ ਮਿਲਣਾ ਤੁਸੀਂ ਮੈਨੂੰ ਆ ਕੇ ਤੁਸੀਂ ਫੋਨ ਕਰ ਸਕਦੇ ਹੋ, ਮਿਲ ਸਕਦੇ ਹੋ ਉੱਥੇ ਆ ਕੇ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਠੀਕ ਹੈ? ਬਾਕੀ ਤੁਹਾਨੂੰ ਮੈਂ ਝੀਲ ਦਿਖਾਊਂਗਾ ਤੁਹਾਨੂੰ ਬਹੁਤ ਜਲਦੀ, ਠੀਕ ਹੈ? ਅੱਜ ਮੈਂ ਤੁਹਾਨੂੰ ਇਹ ਆਪਣੀ 40 ਸੈਕਟਰ ਦੀ ਮੇਰੀ ਫੇਵਰੇਟ ਪਾਰਕ ਹੈਗੀ ਤੁਹਾਨੂੰ ਦਿਖਾਤੀ। ਬਹੁਤ ਸ਼ਾਂਤ ਏਰੀਆ ਹੈਗਾ, ਤੁਸੀਂ ਦੇਖ ਸਕਦੇ ਹੋ, ਬਹੁਤ ਜ਼ਿਆਦਾ ਸ਼ਾਂਤ ਹੈ, ਠੀਕ ਹੈ? ਤੁਸੀਂ ਇੱਥੇ ਆ ਕੇ ਸ਼ਾਂਤੀ ਨਾਲ ਬਹਿ ਸਕਦੇ ਹੋ, ਰੋਟੀ ਰੋਟੀ ਖਾ ਸਕਦੇ ਹੋ, ਰੈਸਟ ਕਰ ਸਕਦੇ ਹੋ, ਠੀਕ ਹੈ? ਬਸ ਇੱਥੇ ਰੌਲਾ ਜਿਹੜਾ ਪੈਂਦਾ ਹੈਗਾ
ਉਹ ਪੈਂਦਾ ਹੈਗਾ ਆਪਣਾ ਪੰਛੀਆਂ ਦਾ, ਹੈ ਨਾ। ਅਤੇ ਉਸ ਤੋਂ ਇਲਾਵਾ ਇੱਥੇ ਕੋਈ ਰੌਲਾ ਨਹੀਂ ਹੈਗਾ। ਬਾਕੀ ਥੈਂਕ ਯੂ, ਮੈਂ ਤੁਹਾਨੂੰ ਹੁਣ ਅਗਲੀ ਵੀਡੀਓ 'ਤੇ ਮਿਲਾਂਗਾ। ਜਲਦੀ ਵੀਡੀਓ ਲੈ ਕੇ ਆਊਂਗਾ ਮੈਂ ਮੈਂ ਹੁਣੇ ਵਲੌਗ ਸਟਾਰਟ ਕੀਤੇ ਇਹ, ਠੀਕ ਹੈ। ਥੈਂਕ ਯੂ, ਧੰਨਵਾਦ ਸਭ ਦਾ। ਸਪੋਰਟ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।